ਪਿਛਲੇ ਦਿਨੀ ਆਰਐਸਐਸ ਦਾ ਇੱਕ ਬਿਆਨ ਆਇਆ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੋ ਕਿਸਾਨ ਲੜ ਰਹੇ ਨੇ ਇਹ ਨਹੀਂ ਵੀ ਕਿੱਥੇ ਕੋਈ ਲੜ ਰਿਹਾ। ਸਾਨੂੰ ਦਿੱਲੀ ਜਦੋਂ ਮੋਰਚਾ ਚੱਲਦਾ ਸੀ ਉਦੋਂ ਵੀ ਤੁਸੀਂ ਧਿਆਨ ਕਰੋ, ਉਦੋਂ ਵੀ ਸਾਨੂੰ ਖਾਲਿਸਤਾਨੀ ਵੱਖਵਾਦੀ ਭਾਂਤ ਭਾਂਤ ਦੇ ਰੰਗ ਲਾ ਕੇ ਬਦਨਾਮ ਕਰਦੇ ਸੀ ਮੋਰਚੇ ਨੂੰ। ਹੁਣ ਆਰਐਸਐਸ ਦਾ ਬਿਆਨ ਆਇਆ ਚੌਥੇ ਪੰਜਵੇਂ ਪਰਸੋਂ ਆਇਆ ਗੌਰਨ 'ਚ ਕੱਲ੍ਹ ਛਪਿਆ ਕਿ ਕਿਸਾਨ ਜੋ ਲੜ ਰਹੇ ਨੇ ਪੰਜਾਬ ਦੇ ਵਿੱਚ ਇਹ ਡਿਸਰਪਟਿਵ ਫੋਰਸਿਸ ਨੇ, ਇਹ ਸੈਪਰੇਟਿਸਟ ਹੈ, ਇਹ ਵੱਖਵਾਦੀ ਨੇ, ਭਾਂਤ ਭਾਂਤ ਉਹਨਾਂ ਨੇ ਲਾਏ ਹੈ। ਇਸ ਬਿਆਨ ਦੀ ਅਸੀਂ ਪੁਰਜ਼ੋਰ ਨਿੰਦਾ ਕਰਦੇ SKM ਵੱਲੋਂ, ਕਿਉਂਕਿ BJP ਦੀ RSS ਦੀ ਸਾਜਿਸ਼ ਕਿਸਾਨਾਂ ਦੀ ਏਕਤਾ ਨੂੰ ਤੋੜਨਾ, ਜੇ ਕਿਸਾਨ ਲੜਨ ਉਹਨਾਂ ਨੂੰ ਅਲੱਗ ਅਲੱਗ ਦੇ ਇਸ ਕਿਸਮ ਦੇ ਐਲੀਗੇਸ਼ਨ ਲਾ ਕੇ ਬਦਨਾਮ ਕਰਨਾ। ਕਿਸਾਨ ਨੇ ਜਿਹੜੇ ਉਹ ਕਿਸਾਨ ਨੇ, ਕਿਸਾਨ ਆਪਣੀ ਮੰਗਾਂ ਲਈ ਲੜ ਰਹੇ ਤੁਹਾਡੇ ਸਾਹਮਣੇ ਹੈ। ਪਹਿਲਾਂ ਲੜਕੇ ਦਿੱਲੀ ਮੋਰਚਾ ਮੋਦੀ ਨੂੰ ਝੁਕਾਇਆ ਅਤੇ ਇਹਨੂੰ ਕਾਨੂੰਨ ਰੱਦ ਕਰਾਏ ਨੇ। ਹੁਣ ਸਾਰੇ ਦੇਸ਼ ਦੇ ਵਿੱਚ ਕਿਸਾਨ MSP ਦੀ ਲੀਗਲ ਗਰੰਟੀ, ਕਰਜ਼ਾ ਮੁਕਤੀ, ਸੋਸ਼ਲ ਸਿਕਿਉਰਿਟੀ, ਕਰੋਪ ਇੰਸ਼ੋਰੈਂਸ, ਇਹਨਾਂ ਸਾਰੀਆਂ ਮੰਗਾਂ ਲਈ ਲੜਾਈ ਲੜ ਰਹੇ ਹਾਂ, ਜਿਹਦੇ ਲਈ ਲੱਖਾਂ ਦਾ ਇਕੱਠ ਤੁਹਾਡੇ ਸਾਹਮਣੇ ਦਿੱਲੀ ਹੋਇਆ। ਔਰ ਇਹ ਲਾਮਿਸਾਲ ਹੈ, ਮੈਂ ਸਮਝਦਾ ਵੀ ਜਦੋਂ ਦਿੱਲੀ ਮੋਰਚਾ ਜਿੱਤਿਆ ਉਸ ਤੋਂ ਬਾਅਦ ਪਹਿਲਾ ਇਕੱਠ ਜਿਹੜਾ SKM ਦਾ ਦਿੱਲੀ ਹੋਇਆ, ਜਿਸ ਨੂੰ ਸਾਰੇ ਮੀਡੀਆ ਔਰ ਸਾਰੇ ਦੇਸ਼ ਨੇ ਉਹ ਕੀਤੀ ਹੈ। ਔਰ ਤੁਸੀਂ ਦੇਖੋ 2024 ਆ ਰਿਹਾ ਹੁਣ ਇਲੈਕਸ਼ਨ ਦੇ ਵੋਟ ਦੇ ਵਿੱਚ ਹੈ, ਇਹਨਾਂ ਸਾਥੀਆਂ ਨੇ ਗੱਲ ਕੀਤੀ ਹੈ ਕਿ ਦੇਸ਼ ਦੇ ਵਿੱਚ anti-BJP ਕੰਪੇਨ, ਉਹਦਾ ਮਹਿਨਾ ਕੀ ਹੈ? ਅੱਜ BJP ਮੇਨ ਡੇਂਜਰ ਹੈ ਦੇਸ਼ ਲਈ, ਮੇਨ ਡੇਂਜਰ। ਜੇ BJP ਦੁਬਾਰਾ ਆਉਂਦੀ ਹੈ, ਇਸ ਵਾਰੀ ਕੋਈ ਭੇਖਾ ਨਹੀਂ ਕਿ ਉਸਨੇ ਸੰਵਿਧਾਨ ਨੂੰ ਬਦਲ ਲੈਣਾ, ਉਹ ਪ੍ਰਧਾਨਗੀ ਤਰਜੀਹ ਰਾਜ ਲਿਆਉਣਗੇ। ਪੂਤਨ ਤੁਹਾਡੇ ਸਾਹਮਣੇ ਹੈ ਜਿਹੜਾ 2000 ਤੋਂ ਤਾਕਤ ਦੇ ਵਿੱਚ ਹੈ, ਸਾਰੇ ਸੰਵਿਧਾਨ ਨੂੰ ਬਦਲ ਕੇ ਦੁਬਾਰਾ 6 ਸਾਲ ਲਈ ਫਿਰ ਆ ਗਿਆ। ਇਸ ਤਰ੍ਹਾਂ ਦਾ ਕੰਮ ਹੈ, ਸਾਡੇ ਦੇਸ਼ 'ਚ ਬੜਾ ਭਾਰੀ ਖਤਰਾ ਹੈ। ਕਹਿ ਰਹੀ ਹੈ ਸਾਰੀ ਅਪੋਜੀਸ਼ਨ ਵੀ, ਸਾਨੂੰ ਵੀ ਪਤਾ ਕਿ ਸੰਵਿਧਾਨ ਨੂੰ ਚੇਂਜ ਕਰਨਾ, ਪ੍ਰਧਾਨਗੀ ਤਰਜੀਹ ਰਾਜ ਲਿਆਉਣਾ, ਇਸਨੇ ਸੰਵਿਧਾਨ ਨੂੰ ਖਤਮ ਕਰਨਾ, ਜਮਹੂਰੀਅਤ ਨੂੰ ਖਤਮ ਕਰਨਾ, ਤਾਂ ਲੜਨ ਦਾ ਅਧਿਕਾਰ ਸਪੇਸ ਕਿੱਥੇ ਲੋਕਾਂ ਲਈ ਰਹਿ ਜਾਏਗੀ? ਸੋ ਅੱਜ ਬੜੀ ਜ਼ਰੂਰਤ ਹੈ। ਔਰ ਮੈਂ ਸਮਝਦਾ ਇਸ ਟਾਸਕ ਨੂੰ ਜਿਹੜਾ ਸੰਯੁਕਤ ਕਿਸਾਨ ਮੋਰਚਾ ਇਹੀ ਲੈ ਸਕਦਾ, ਇਹ ਇੱਕ ਦੇਸ਼ ਦੇ ਵਿੱਚ ਵੱਡੀ ਤਾਕਤ ਅੱਜ ਉੱਭਰੀ ਹੋਈ ਹੈ। ਇਹ ਸਾਰੇ ਦੇਸ਼ ਦੇ ਵਿੱਚ ਇਹ ਕੰਪੇਨ ਚਲਾ ਕੇ, ਜਿਹੜੇ ਮਰਜ਼ੀ ਸੂਬੇ ਦੇ ਵਿੱਚ ਹੋਵੇ, ਪੰਜਾਬ 'ਚ ਹੋਵੇ, ਅਸੀਂ ਇਹ BJP ਨੂੰ ਡਿਫੀਟ ਕਰੋ, BJP ਨੂੰ ਵੋਟ ਨਾ ਪਾਓ, ਇੱਕ ਵਾਰੀ ਇਸ ਨੂੰ ਗੱਦੀ 'ਤੇ ਉਤਾਰੋ ਜੋ ਦੇਸ਼ ਨੂੰ ਬਚਾਉਣਾ। ਇਹ ਸੰਦੇਸ਼ ਸਾਰੇ ਦੇਸ਼ 'ਚ ਜਾਏਗਾ। RSS ਦੀ ਸਟੇਟਮੈਂਟ ਵੀ ਕੰਡੈਮ ਕਰਦੇ ਹਾਂ। ਲੱਖੋਵਾਲ ਸਾਹਿਬ ਨਾਲਾ, ਸੂਬਾ ਪ੍ਰਧਾਨ ਜਮਹੂਰੀ ਕਿਸਾਨ ਸਭਾ, ਇਹ ਤੁਹਾਨੂੰ ਦੱਸਣਾ ਚਾਹੁੰਦੇ ਵੀ ਅੱਜ ਜਿਹੜੀ ਸਾਡੀ ਬੜੀ ਵਿਸ਼ੇਸ਼ ਮੀਟਿੰਗ ਹੋਈ ਆ, ਜਿਹਦੇ 'ਚ ਇੱਕ ਸਮੀਖਿਆ ਕੀਤੀ ਗਈ ਆ ਵੀ ਦਿੱਲੀ ਦਾ ਜਿਹੜਾ ਕਿਸਾਨ ਮਜ਼ਦੂਰ ਮਹਾਂਪੰਚਾਇਤ ਹੋਈ ਆ, ਇਹ ਪਿਛਲੇ 500 ਸਾਲਾਂ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਇਕੱਠ ਹੋਇਆ, ਸਭ ਤੋਂ ਵੱਡਾ ਇਕੱਠ, ਸਾਰੀ ਦਿੱਲੀ ਭਰ ਗਈ ਆ। ਇਸ ਕਰਕੇ ਸਾਰੇ ਭਾਰਤ ਦੇ ਲੋਕਾਂ ਨੂੰ, ਵਿਸ਼ੇਸ਼ ਤੌਰ 'ਤੇ ਪੰਜਾਬ ਦੇ ਲੋਕਾਂ ਨੂੰ ਜਿਹੜੇ ਵੱਡੀ ਗਿਣਤੀ 'ਚ ਗਏ ਆ, ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਪ੍ਰੈੱਸ ਨੇ ਵੀ ਪਹਿਲੀ ਦਫਾ, ਸਾਰੇ ਦੇਸ਼ ਦੀ ਕੌਮੀ ਪ੍ਰੈੱਸ ਨੇ ਇਹਨੂੰ ਉਭਾਰ ਕੇ ਲਾਇਆ। ਇੱਕ ਤਾਂ ਅਸੀਂ ਇਹ ਸਮੀਖਿਆ ਕੀਤੀ, ਦੂਸਰੀ ਸਾਡੀ ਇਹ ਆ ਵੀ ਉੱਥੇ 8 ਨੁਕਾਤੀ ਇੱਕ ਪ੍ਰਣ ਪੱਤਰ ਲਿਆ ਸੀ, ਉਹਦੇ ਵਿੱਚ ਸਾਡੀ MSP ਦੀ ਮੰਗ, ਕਰਜ਼ੇ ਦੀ ਜਿਹੜੀ ਰੱਦ ਕਰਾਉਣ ਦੀ ਮੰਗ ਆ, ਆ ਜੋ ਸਾਥੀਆਂ ਨੇ ਸਾਡੀਆਂ ਮੰਗਾਂ ਦੱਸੀਆਂ ਨੇ, ਮੈਂ ਦੁਹਰਾਉਣਾ ਨਹੀਂ ਚਾਹੁੰਦਾ। ਉਹ 8 ਨੁਕਾਤੀ ਜਿਹੜਾ ਪ੍ਰੋਗਰਾਮ ਆ, ਉਹਦੇ ਉੱਤੇ ਅਜੇ ਤੱਕ ਇਹ ਜਿਹੜੀ ਕੇਂਦਰ ਵਿੱਚ RSS ਦੀ ਅਗਵਾਈ 'ਚ BJP ਸਰਕਾਰ ਚੱਲਦੀ ਆ, ਇਹ ਸਾਰੀਆਂ ਇਲੈਕਸ਼ਨਾਂ ਦੇ ਵਿੱਚ ਇਹਨਾਂ ਦਾ ਅਸੀਂ ਡਟ ਕੇ
ਇਹਨਾਂ ਦੰਡਤ ਕਰਨਾ, ਇਹਨਾਂ ਦਾ ਵਿਰੋਧ ਕਰਨਾ ਵਾ। ਨਾਲ ਦੀ ਨਾਲ ਜਿਹੜੀਆਂ ਦੂਸਰੀਆਂ ਪਾਰਟੀਆਂ ਪਿੰਡਾਂ 'ਚ ਆਉਣਗੀਆਂ ਉਹਨਾਂ ਕੋਲ ਪੁੱਛਣਾ ਵੀ ਤੁਹਾਡਾ ਜਿਹੜਾ ਵਾ ਇਸ 8 ਨਿਕਾਤੀ ਏਜੰਡੇ ਉੱਤੇ ਤੁਹਾਡਾ ਕੀ ਰਹੇ ਆ। ਕੋਸ਼ਿਸ਼ ਕਰਾਂਗੇ ਉਹਨਾਂ ਕੋਲੋਂ ਜੇ ਲਿਖਤੀ ਹੋ ਸਕੇ ਜਾਂ ਉਹਨਾਂ ਕੋਲੋਂ ਅਸੀਂ ਵੈਸੇ ਵੀ ਕੋਈ ਬਾਈਟ ਕਰਾ ਕੇ ਅਸੀਂ ਇਹ ਸਾਰਾ 1 ਜੂਨ ਤੱਕ ਜਿਹੜੀਆਂ ਪੰਜਾਬ ਦੀਆਂ ਇਲੈਕਸ਼ਨਾਂ ਹੋਣੀਆਂ ਇਸ ਮੁਹਿੰਮ ਨੂੰ ਇੱਕ ਸੰਘਰਸ਼ ਦੇ ਰੂਪ ਦੇ ਵਿੱਚ ਅਸੀਂ ਇਹਨੂੰ ਲਵਾਂਗੇ। ਇਹਦੇ 'ਚ ਮੋਟੇ ਤੌਰ 'ਤੇ ਆ ਕਿ ਪਿਛਲੇ ਸਮੇਂ ਵਿੱਚ ਸਾਡੇ ਕਿਸਾਨਾਂ ਦੇ ਉੱਤੇ, ਨੌਜਵਾਨਾਂ ਦੇ ਉੱਤੇ, ਆਮ ਲੋਕਾਂ ਦੇ ਉੱਤੇ, ਔਰਤਾਂ ਦੇ ਉੱਤੇ ਜਿਹੜੇ ਆ ਲਗਾਤਾਰ ਹਮਲੇ ਹੁੰਦੇ ਰਹੇ ਆ। ਅਸੀਂ ਸਾਡੇ ਸਾਥੀਆਂ ਨਿੰਦਾ ਵੀ ਕੀਤੀ ਆ, ਅਸੀਂ ਇਹ ਸਾਰੀਆਂ ਉਹਨਾਂ ਦੇ ਗੱਲਾਂ ਰੱਖਾਂਗੇ। ਨਾਲ ਦੀ ਨਾਲ ਆ ਵੀ ਇਹਨਾਂ ਨੂੰ ਇਹਨਾਂ ਚੋਣਾਂ ਵਿੱਚ ਦੰਡਿਤ ਕਰਾਂਗੇ। ਇਹ ਸਾਡਾ ਉੱਥੇ ਪ੍ਰੋਗਰਾਮ ਬਣਿਆ ਵਾ ਕਿ ਇਹ ਸਰਕਾਰ ਆ ਜਿਹੜੀ ਇਹ ਕਾਰਪੋਰੇਟ ਦੇ ਪੱਖੀ ਆ, ਕਿਸਾਨ ਦੇ ਵਿਰੋਧੀ ਆ, ਇਹ ਖੇਤੀ ਨੂੰ ਉਗਲਣਾ ਚਾਹੁੰਦੀ ਆ। ਇਹ ਸਾਰੀਆਂ ਮੰਗਾਂ ਜਿਹੜੀਆਂ ਲੈ ਕੇ ਅਸੀਂ ਇਹ ਪਿੰਡਾਂ ਵਿੱਚ ਜਾਵਾਂ ਇਹ ਪ੍ਰੋਗਰਾਮ। ਨਾਲ ਦੀ ਨਾਲ ਦੱਸਣਾ ਚਾਹੁੰਦੇ ਹਾਂ ਵੀ 30 ਤਰੀਕ ਨੂੰ ਹਰਿਆਣੇ ਦੇ ਵਿੱਚ ਬਹੁਤ ਵੱਡੀ ਜਿਹੜੀ ਸਾਡੀ ਆ ਜਨਰਲ ਬੋਡੀ ਮੀਟਿੰਗ ਹੋਊਗੀ ਕਿਸਾਨ ਆਪਣੀ ਕਿਸਾਨ ਮੋਰਚੇ ਦੀ, ਉਹਦੇ ਵਿੱਚ ਸਾਡੇ ਅਗਲੇ ਪ੍ਰੋਗਰਾਮ ਵੀ ਬਣਨਗੇ। ਪਰ ਸਾਡਾ ਇਸ ਇਲੈਕਸ਼ਨ ਦੇ ਵਿੱਚ ਜਿਹੜਾ ਪ੍ਰੋਗਰਾਮ ਅੱਜ ਅਸੀਂ ਡਿਸਕਸ ਕੀਤਾ ਇਹ ਚੱਲਦਾ ਰਹੇਗਾ। ਅੱਜ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀ ਮੀਟਿੰਗ ਹੋਈ ਹੈ। ਇਸ ਪੱਤਰਕਾਰ ਸੰਮੇਲਨ ਦੇ ਵਿੱਚ ਮੇਰੇ ਸੱਜੇ ਪਾਸੇ ਤੋਂ ਸਰਦਾਰ ਹਰਿੰਦਰ ਸਿੰਘ ਜੀ ਲੱਖੋਵਾਲ, ਬਲਦੇਵ ਸਿੰਘ ਲਤਾਲਾ, ਮੈਂ ਪ੍ਰੇਮ ਸਿੰਘ ਭੰਗੂ, ਦਾ ਬੋਧ ਸਿੰਘ ਮਾਨਸਾ, ਡਾਕਟਰ ਸਤਨਾਮ ਸਿੰਘ ਅਜਨਾਲਾ, ਅਵਤਾਰ ਸਿੰਘ ਜੀ ਮੇਲੋਂ ਇਹ ਹਾਜ਼ਰ ਨੇ। ਅੱਜ ਜੋ ਮੁੱਖ ਤੌਰ 'ਤੇ ਫੈਸਲੇ ਕੀਤੇ ਨੇ ਉਹਦੇ ਵਿੱਚ ਸਭ ਤੋਂ ਪਹਿਲਾਂ ਇਹ ਹੈ, ਤੁਹਾਨੂੰ ਪਤਾ ਹੈ ਕਿ 23 ਮਾਰਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਇਹਨਾਂ ਦਾ ਸ਼ਹੀਦੀ ਦਿਹਾੜਾ ਹੈ। ਔਰ ਜਦੋਂ ਤੋਂ ਇਹਨਾਂ ਦੀ 23 ਮਾਰਚ 1931 ਜਦੋਂ ਦੇ ਸ਼ਹੀਦ ਹੋਏ ਹੈ ਅੰਗਰੇਜ਼ ਸਾਮਰਾਜ ਨੇ ਕੀਤਾ, ਉਸ ਵਕਤ ਤੋਂ ਹੀ ਦੇਸ਼ ਹੈ ਜਿਹੜਾ ਇਹਨਾਂ ਦੇ ਸਮਾਗਮ ਨੂੰ ਸਾਮਰਾਜ ਵਿਰੋਧੀ, ਸੰਵਿਧਾਨ ਨੂੰ ਬਚਾਉਣਾ ਔਰ ਡੈਮੋਕ੍ਰੇਸੀ ਨੂੰ ਬਚਾਉਣਾ ਇਸ ਦੇ ਸੰਦਰਭ ਦੇ ਵਿੱਚ ਇਸ ਨੂੰ ਮਨਾਇਆ ਜਾਂਦਾ। ਸੰਯੁਕਤ ਕਿਸਾਨ ਮੋਰਚਾ ਨੇ, ਅੱਜ ਪੰਜਾਬ ਨੇ ਵੀ ਔਰ ਦੇਸ਼ ਪੱਧਰ 'ਤੇ ਅਸੀਂ ਇਹ ਫੈਸਲਾ ਕੀਤਾ ਕਿ ਇਸ ਦਿਹਾੜੇ ਨੂੰ ਇਸ ਸਮੇਂ ਜਦੋਂ ਸੈਂਟਰ ਦੇ ਵਿੱਚ ਐਸੀ ਸਰਕਾਰ ਹੈ ਜਿਸ ਤੋਂ ਸੰਵਿਧਾਨ ਨੂੰ ਬੜਾ ਭਾਰੀ ਖਤਰਾ ਹੈ, ਜਮਹੂਰੀਅਤ ਨੂੰ ਖਤਰਾ ਹੈ ਔਰ ਕਾਰਪੋਰੇਟਸ ਨੂੰ ਬੜੀ ਤੇਜ਼ੀ ਨਾਲ ਦੇਸ਼ 'ਚ ਲਿਆ ਰਹੀ ਹੈ ਖੇਤੀਬਾੜੀ ਦੇ ਕਬਜ਼ਾ ਕਰਨ ਲਈ, ਬਾਕੀ ਸਾਰੇ ਹੋਰ ਖੇਤਰਾਂ ਦੇ ਕਬਜ਼ਾ ਕਰਨ ਲਈ, ਉਹ ਸਾਮਰਾਜ ਦਾ ਦਖਲ ਹੈ, ਕਾਰਪੋਰੇਟਸ ਦਾ ਦਖਲ ਬੜੀ ਤੇਜ਼ੀ ਨਾਲ ਵਧਾ ਰਹੀ ਹੈ। ਅੱਜ ਉਹਨਾਂ ਸ਼ਹੀਦਾਂ ਨੂੰ ਇਸ ਸੰਦਰਭ 'ਚ ਵੀ ਯਾਦ ਕਰਨਾ, ਉਹਨਾਂ ਦੇ ਪ੍ਰੋਗਰਾਮ 'ਤੇ, ਉਹਨਾਂ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਅਹਿਦ ਕਰਨਾ, ਇਹ ਸਭ ਤੋਂ ਵੱਡੀ ਸ਼ਰਧਾਂਜਲੀ ਉਹਨਾਂ ਨੂੰ ਹੋਏਗੀ ਕਿ 23 ਮਾਰਚ ਨੂੰ ਸਾਰੇ ਦੇਸ਼ ਦੇ ਵਿੱਚ ਅਲੱਗ ਅਲੱਗ ਥਾਵਾਂ 'ਤੇ ਆਪਣੇ ਆਪਣੇ ਢੰਗ ਨਾਲ, ਕੋਈ ਪਿੰਡ 'ਚ ਕਰੇ, ਤਹਿਸੀਲ 'ਚ ਕਰੇ, ਕੋਈ ਜ਼ਿਲ੍ਹਿਆਂ 'ਚ ਕਰੇ, ਸਾਰੇ ਥਾਵਾਂ ਦੇ ਉੱਪਰ ਉਹਨਾਂ ਦੀ ਯਾਦ ਦੇ ਵਿੱਚ ਵੱਡੇ ਸਮਾਗਮ ਹੋਣ ਔਰ ਇਹ ਅਹਿਦ ਕੀਤਾ ਜਾਏ ਕਿ ਦੇਸ਼ ਨੂੰ ਕਾਰਪੋਰੇਟਸ ਦੇ ਖਤਰੇ ਤੋਂ, ਸਾਮਰਾਜ ਦੇ ਖਤਰੇ ਤੋਂ, ਸੰਵਿਧਾਨ ਜਿਹੜਾ ਖਤਮ ਹੋਣਾ ਜਾ ਰਿਹਾ BJP ਦੇ ਉਸ ਦੇ ਵਿੱਚ ਹੈ ਔਰ ਜਮਹੂਰੀਅਤ ਬੜਾ ਭਾਰੀ ਖਤਰੇ ਦੇ ਵਿੱਚ ਹੈ, ਉਹਨਾਂ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਏ। ਇਹ ਅੱਜ ਫੈਸਲਾ ਕੀਤਾ ਅਤੇ ਬਾਕੀ ਜਿਹੜੇ ਫੈਸਲੇ ਕੀਤੇ ਨੇ ਅਗਲਾ ਮੇਰੇ ਸਾਥੀ ਬੋਧ ਸਿੰਘ ਜੀ ਮਾਨਸਾ ਉਹਦੇ ਪ੍ਰੈਸ ਵਾਲੇ ਸਾਥੀਓ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ
ਕਿ 14 ਮਾਰਚ ਨੂੰ ਦਿੱਲੀ ਦੇ ਵਿੱਚ ਵੱਡੀ ਮਹਾਂਪੰਚਾਇਤ ਕੀਤੀ ਗਈ ਕਿਸਾਨੀ ਮੰਗਾਂ ਨੂੰ ਲੈ ਕੇ, ਜਿਸ ਵਿੱਚ MSP ਦਾ ਮਾਮਲਾ, ਪ੍ਰੋਕਿਓਰਮੈਂਟ ਦੀ ਗਰੰਟੀ, ਕਰਜ਼ਾ ਮੁਕਤੀ, ਲਖਮੀਰਪੁਰ ਖੀਰੀ ਦਾ ਜੋ ਤਸ਼ੱਦਦ ਹੋਇਆ ਉਸ 'ਤੇ ਏਜੰਟ ਉਨੀ ਨੂੰ ਜੋ ਟਿਕਟ ਦਿੱਤੀ ਹੈ ਉਹਦੀ ਸਖ਼ਤ ਨਿਖੇਧੀ ਕੀਤੀ ਗਈ ਹੈ। ਔਰ ਇਸ ਦੇ ਨਾਲ ਹੀ ਜਿਹੜੇ ਅਸੀਂ ਮਹਾਂਪੰਚਾਇਤ ਗਏ ਹਾਂ ਉਹਦੇ ਜਿਹੜਾ ਪੁਲਿਸ ਦਾ ਬਹੁਤ ਗਲਤ ਰਵੱਈਆ ਸੀ, ਥਾਂ ਥਾਂ 'ਤੇ ਰੋਕਾਂ ਖੜ੍ਹੀਆਂ ਕੀਤੀਆਂ ਗਈਆਂ, ਲੋਕਾਂ ਨੂੰ, ਵਰਕਰਾਂ ਨੂੰ ਦਿੱਲੀ ਦੇ ਗਰਾਊਂਡ ਦੇ ਵਿੱਚ ਜਾਣ ਦੇ ਵਿੱਚ ਦੇਰੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਬਹੁਤ ਹਰਾਸਮੈਂਟ ਕੀਤੀ ਗਈ। ਅੱਜ ਦੀ ਮੀਟਿੰਗ ਵੱਲੋਂ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਉਹਦੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਂਦੀ ਹੈ। ਔਰ ਦੂਸਰਾ ਜੋ RSS ਵੱਲੋਂ ਬਿਆਨ ਆਇਆ ਉਹ ਦੇਸ਼ ਵਿਰੋਧੀ, ਕਿਸਾਨ ਵਿਰੋਧੀ ਬਿਆਨ ਹੈ, ਅਸੀਂ ਉਸ ਦੀ ਵੀ ਬਹੁਤ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ। ਔਰ ਆਉਣ ਵਾਲੇ ਸਮੇਂ ਦੇ ਵਿੱਚ BJP ਦੇ ਖਿਲਾਫ਼ ਮੁਹਿੰਮ ਖੜ੍ਹੀ ਕਰਕੇ ਉਹਦਾ ਵਿਰੋਧ ਕਰਾਂਗੇ ਔਰ ਲੋਕਾਂ ਨੂੰ ਅਪੀਲ ਕਰਾਂਗੇ, ਇਸ ਜਿਹੜੀ ਫਾਸੀਵਾਦੀ ਸਰਕਾਰ ਹੈ ਜਾਂ ਫਾਸੀਵਾਦੀ ਪਾਰਟੀ ਹੈ ਔਰ ਕਿਸਾਨ ਵਿਰੋਧੀ ਹੈ, ਦੇਸ਼ ਵਿਰੋਧੀ ਹੈ, ਸੰਵਿਧਾਨ ਵਿਰੋਧੀ ਹੈ, ਡੈਮੋਕ੍ਰੇਸੀ ਵਿਰੋਧੀ ਹੈ, ਇਸ ਦੇ ਮੂੰਹ ਨਾ ਲਾਇਆ ਜਾਵੇ ਔਰ ਇਸ ਨੂੰ ਸਬਕ ਸਿਖਾਇਆ ਜਾਵੇ, ਇਸ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਕਿ ਜਿਹੜਾ ਆਉਣ ਵਾਲੇ ਸਮੇਂ 'ਚ ਦੂਜੀਆਂ ਪੋਲੀਟੀਕਲ ਪਾਰਟੀਆਂ ਦੀਆਂ ਸਰਕਾਰਾਂ ਨੇ, ਪੋਲੀਟੀਕਲ ਪਾਰਟੀਆਂ, ਉਹ ਅਜਿਹਾ ਦੇਸ਼ ਦੇ ਹਿੱਤ ਦੇ ਵਿੱਚ ਨਾ ਕਰ। ਉਹਦੇ 'ਚ ਬੜੀਆਂ ਰੁਕਾਵਟਾਂ ਸਾਨੂੰ ਜਾਣ 'ਚ ਖੜ੍ਹੀਆਂ ਕੀਤੀਆਂ ਗਈਆਂ। ਸਾਡੀਆਂ ਬੱਸਾਂ ਸੀ ਮਜਨੂ ਟਿੱਲਾ ਗੁਰਦੁਆਰੇ ਸਾਹਿਬ ਤੱਕ ਨੂੰ ਧਮਕਾਇਆ ਗਿਆ ਵੀ ਉੱਥੇ ਤੁਸੀਂ ਕਿਸਾਨਾਂ ਨੂੰ ਲੰਗਰ ਨਹੀਂ ਦੇਣਾ, ਉੱਥੇ ਵੜ ਨਹੀਂ ਦੇਣਾ। ਸਾਡੇ ਉੱਥੇ ਰਾਮਲੀਲਾ ਗਰਾਊਂਡ ਦੇ ਵਿੱਚ ਪਾਣੀ ਛੱਡਿਆ ਗਿਆ ਵੀ ਉੱਥੇ ਬੈਠਣ ਦੀ ਵਿਵਸਥਾ ਨਾ ਹੋਵੇ ਅਤੇ ਲੋਕਾਂ ਨੂੰ ਡਰ ਪੈਦਾ ਕੀਤਾ ਗਿਆ ਵੀ ਲੋਕ ਨਾ ਜਾਣ। ਪਰ ਇਸ ਦੇ ਬਾਵਜੂਦ ਵੀ ਲੱਖਾਂ ਕਿਸਾਨ ਇਕੱਲੇ ਪੰਜਾਬ 'ਚੋਂ ਨਹੀਂ, ਸਾਰੀਆਂ ਸਟੇਟਾਂ ਦੇ ਵਿੱਚੋਂ ਕਿਸਾਨ ਗਏ ਆ। ਇਹ ਜਾਣ ਕੇ ਭਾਜਪਾ ਸਰਕਾਰ ਕਹਿਣਾ ਚਾਹੁੰਦੀ ਸੀ, ਦੱਸਣਾ ਚਾਹੁੰਦੀ ਸੀ ਵੀ ਇਕੱਲੇ ਪੰਜਾਬੀ ਹੀ ਕਿਉਂ ਦੁਖੀ ਆ, ਪੰਜਾਬੀ ਹੀ ਕਿਉਂ ਅੰਦੋਲਨ ਕਰਦੇ ਆ। ਉਹ ਅਸੀਂ ਇਹਨਾਂ ਨੂੰ ਦਿਖਾਇਆ ਵੀ ਸਾਰੇ ਦੇਸ਼ ਦਾ ਕਿਸਾਨ ਦੁਖੀ ਆ ਤੁਹਾਡੇ ਤੋਂ, ਤੁਹਾਡੀਆਂ ਨੀਤੀਆਂ ਤੋਂ ਸਾਰਾ ਦੇਸ਼ ਦੁਖੀ ਆ, ਕਿਉਂਕਿ ਤੁਸੀਂ ਦੇਸ਼ ਨੂੰ ਲੁੱਟਿਆ ਪੱਟਿਆ ਅਤੇ ਕਿਸਾਨਾਂ ਨੂੰ ਵੀ ਮਾੜਾ ਚੰਗਾ ਸਾਨੂੰ ਦੇਸ਼ ਧਰੋਹੀ ਕਿਹਾ ਗਿਆ। ਸਾਨੂੰ ਬੜੀ ਉਮੀਦ ਸੀ ਇਸ ਸਰਕਾਰ 'ਤੇ ਵੀ ਸ਼ਾਇਦ ਜਾਂਦੀ ਜਾਂਦੀ, ਕਿਉਂਕਿ ਅੰਦੋਲਨ ਵੀ ਚੱਲ ਰਹੇ ਸੀ, ਅਸੀਂ ਵੀ ਵੱਖ ਵੱਖ ਅੰਦੋਲਨ ਕਰਦੇ ਸੀ, ਭਾਰਤ ਬੰਦ ਕਰਦੇ ਸੀ, ਰੇਲਾਂ ਬੰਦ ਕਰਦੇ ਸੀ, ਕਦੇ ਟੋਲ ਪਲਾਜ਼ੇ ਬੰਦ ਕਰਦੇ ਸੀ, ਸਾਰੇ ਸਾਡੀਆਂ ਦੇਸ਼ ਦੀਆਂ ਸਟੇਟਾਂ ਦੇ ਵਿੱਚ ਸਾਡੇ ਪ੍ਰੋਗਰਾਮ ਚੱਲ ਰਹੇ ਸੀ। ਸਾਨੂੰ ਲੱਗਦਾ ਸੀ ਵੀ ਜੇ ਕੁਛ ਮਾੜਾ ਮੋਟਾ ਹਮਦਰਦੀ ਹੈ ਇਸ ਸਰਕਾਰ ਨੂੰ ਤਾਂ ਸਾਡੇ ਲਈ ਕੁਛ ਐਲਾਨ ਕਰੂਗੀ, ਪਰ ਇਹਨਾਂ ਨੇ ਇੱਕ ਵੀ ਐਲਾਨ ਕਿਸਾਨ ਦਾ ਨਾਂ ਲੈਣਾ ਵੀ ਇਹਨਾਂ ਨੇ ਜ਼ਰੂਰਤ ਨਹੀਂ ਸਮਝੀ, ਜਿਹਦੇ ਕਿ ਇਹਨਾਂ ਨੂੰ ਸਜ਼ਾ ਭੁਗਤਣੀ ਪਊਗੀ, ਲੋਕ ਇਹਨੂੰ ਮੂੰਹ ਨਹੀਂ ਲਾਉਣਗੇ। ਅਤੇ ਆ ਤੁਸੀਂ ਆਪਣੇ ਭਾਜਪਾ ਦਾ ਵਿਰੋਧ ਕਿਸ ਤਰੀਕੇ ਨਾਲ ਵਿਰੋਧ ਕਰੋਗੇ, ਗਠਜੋੜ ਦੀ ਪਾਰਟੀਆਂ ਜੇ ਜਾਂਦੀਆਂ ਉਹਨਾਂ ਦਾ ਵਿਰੋਧ ਹੋਏਗਾ? ਅਸੀਂ ਇਹਨਾਂ ਨੂੰ ਪਿੰਡਾਂ 'ਚ ਸਵਾਲ ਪੁੱਛਾਂਗੇ ਵੀ ਕੀ ਕਿਸਾਨਾਂ ਨੂੰ ਮਾਰਨ ਆਏ ਹੋ ਤੁਸੀਂ, ਕੀ ਕਿਸਾਨਾਂ ਨੂੰ ਬਚਾਉਣ ਆਏ ਹੋ, ਕੀ ਤੁਸੀਂ ਸਾਡੇ ਗੋਲੀਆਂ ਮਾਰੋਗੇ? ਜੇ ਤੁਹਾਡੀ ਸਰਕਾਰ ਬਣ ਗਈ ਤਾਂ ਅੱਗੇ ਸਾਡੇ ਅੱਗੇ ਸਾਡੇ ਨਾਲ ਕੀ ਸਲੂਕ ਹੋਊਗਾ, ਅਤੇ ਅੱਗੇ ਤੁਸੀਂ ਸਾਡੇ ਨਾਲ ਸਲੂਕ ਕੀ ਕੀਤਾ? ਠੀਕ।